ਅੱਜ ਦੀ ਕਹਾਣੀ ਪਵਿੱਤਰ ਕੋਰ ਮਾਟੀ ਉਹਨਾਂ ਦੀ ਅਧ ਅਧੂਰੇ ਉਸ ਦਿਨ ਮੇਰੇ ਚੈੱਕਅਪ ਤੋਂ ਬਾਅਦ ਸਾਰੀਆਂ ਲਾਮਤਾਂ ਵੇਖ ਇਹੀ ਕਿਹਾ ਬਿਮਾਰੀ ਤਾਂ ਨਹੀਂ ਕੋਈ ਖਾਸ ਲੱਗਦੀ ਤੁਹਾਡੀ ਤਸੱਲੀ ਲਈ ਬਲੱਡ ਟੈਸਟ ਕਰਾ ਦਨੇ ਆ ਗੱਲੀਬਾਤੀ ਪੁੱਛਿਆ ਕੌਣ ਆ ਨਾਲ ਤੁਹਾਡੇ ਜੀ ਮੈਂ ਇਕੱਲੀ ਆਈਆਂ ਮੇਰਾ ਬੇਟਾ ਛੋਟਾ ਉਹ ਸਕੂਲ ਗਿਆ ਤੇ ਤੁਹਾਡੇ ਹਸਬੰਦ ਜੀਓ ਹਮ ਸੌਰੀ 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 ਮੈਡਮ ਪੂਰਨ ਡਾਕਟਰ ਬਲਰਾਜ ਖਮੋਸ਼ ਰਿਹ ਕੁਝ ਸਬ ਕੁਝ ਦਵਾਈਆਂ ਸਮਝਾ ਕੇ ਤੁਹਾਡੀ ਅਕਲਤਾ ਜਿਹੜੀ ਹੈ ਨਾ ਉਹ ਤੁਹਾਡੀ ਮੇਨ ਪ੍ਰੋਬਲਮ ਹੈ ਮੈਂ ਨੀਵੀਂ ਪਾਈ ਕਲੀਨਿਕ ਚੋਂ ਬਾਹਰ ਆ ਗਿਆਗੇ ਵੀ ਥੋੜੀ ਬਹੁਤੀ ਬਿਮਾਰੀ ਹੋਵੇ ਡਾਕਟਰ ਬਲਰਾਜ ਕੋਲ ਹੀ ਅਕਸਰ ਆਉਂਦੀ ਕਿਉਂਕਿ ਇਹੀ ਡਾਕਟਰ ਘਰ ਦੇ ਕੋਲ ਸੀ ਬਾਕੀ ਨਰਸਿੰਗ ਹੋਮ ਘਰ ਤੋਂ ਕਾਫੀ ਦੂਰ ਪੈ ਦੂਜੇ ਦਿਨ ਸ਼ਾਮ ਨੂੰ ਮੇਰੇ ਵਟਸਐਪ ਤੇ ਨਾਉਨ ਆ ਨੋਨ ਨੰਬਰ ਤੋਂ ਮੈਸੇਜ ਆਇਆ ਹੈਲੋ ਪੂਨਮ ਕਿਵੇਂ ਹੋ ਮੈਂ ਡਾਕਟਰ ਬਲਰਾਜ ਆ ਤੁਹਾਡੀਆਂ ਰਿਪੋਰਟਸ ਆ ਗਈਆਂ ਮੈਂ ਸੋਚਿਆ ਤੁਹਾਨੂੰ ਦੱਸ ਦਵਾਂ ਬਿਲਕੁਲ ਨਾਰਮਲ ਹੈ ਮੈਂ ਜਵਾਬ ਚ ਲਿਖਿਆ ਥੈਂਕਸ ਡਾਕਟਰ ਸਾਹਿਬ ਇਕੱਲੇ ਥੈਂਕਸ ਨਾਲ ਗੱਲ ਨਹੀਂ ਬਣਨੀ ਚਾਹ ਦਾ ਕੱਪ ਪਲਾਉਣਾ ਪੈਣਾ ਹਾਂ 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 ਹਾਂਜੀ ਡਾਕਟਰ ਸਾਹਿਬ ਕਿਉਂ ਨਹੀਂ ਜਦੋਂ ਕਹੋ ਆਥਣੇ ਮੈਂ ਰਿਪੋਰਟਸ ਨਾਲੇ ਤੁਹਾਡੇ ਘਰੇ ਪਹੁੰਚਾ ਦਾਂਗਾ ਆਪਣੇ ਘਰ ਦਾ ਐਡਰੈਸ ਭੇਜੋ ਮੇਥੋਂ ਨਾ ਚਾਹੁੰਦੇ ਹੋਏ ਵੀ ਐਡਰੈਸ ਭੇਜਿਆ ਗਿਆ ਅਜੀਬ ਜੇ ਬਲਬਲਿਆਂ ਚ ਘਿਰ ਗਈ ਰਿਪੋਰਟਸ ਫੜਾਉਣ ਡਾਕਟਰ ਮੇਰੇ ਘਰੇ ਕਿਉਂ ਆ ਰਿਹਾ ਦਰਵਾਜ਼ਾ ਆਥਰਨ ਗੇਟਵੈਲ ਉਹ ਦਰਵਾਜ਼ਾ ਖੋਲਿਆ ਸਾਹਮਣੇ ਡਾਕਟਰ ਬਲਰਾਜ ਖੜਾ ਤੇ ਸਸਿਕਾਲ ਜੀ ਡਾਕਟਰ ਸਾਹਿਬਾ ਉਹ ਅੰਦਰ ਲੰਘਾਓ ਹਾਂਜੀ ਅੰਦਰ ਤਾਂ ਜਰੂਰ ਆਵਾਂਗੇ ਜਿਾ ਚਾਹ ਦਾ ਕੱਪ ਪੀਣਾ ਬਾਅਦਾਂ ਤੁਹਾਡੇ ਨਾਲ ਤੇ ਸਿੱਧਾ ਡਰੈਗ ਰੂਮ ਚ ਤੁਸੀਂ ਇੰਨੀ ਡਾਕਟਰ ਸਾਹਿਬ ਖੇਚਲ ਕੀਤੀ ਮੇਰੀ ਰਿਪੋਰਟ ਘਰੇ ਪਹੁੰਚਾਉਣ ਦੀ ਨਾ ਖੇਚਲ ਖਾਦੀ ਐ ਤੇਚ ਮੇਰਾ ਸਵਾਰਥ ਤੇ ਬਹਾਨਾ ਸੀ ਤੁਹਾਡੇ ਕੋਲ ਇੱਕ ਕੱਪ ਚਾਹ ਪੀਣ ਦਾ ਖੁੱਲ ਕੇ ਹੱਸਿਆ ਹਾ ਹਾ ਮੈਂ ਮੈਂ ਪਾਣੀ ਲਿਉਣੀ ਆ ਤੇ ਚਾਹ ਵੀ ਬਣਾਉਣੀ ਆ ਪਾਣੀ ਪਲਾ ਕੇ ਮੈਂ ਫਟਾਫਟ ਵਧੀਆ ਜੀ ਚਾਹ ਬਣਾ ਕੇ ਟ੍ਰੇ 'ਚ ਡਰਾਈ ਫਰੂਟ ਬਿਸਕਟ ਵਗੈਰਾ ਰੱਖ ਕੇ ਦੂਜੇ ਸੋਫੇ ਤੇ ਬੈ ਗਈ ਚਾਹ ਪੀਣ ਦੇ ਪੁਰਮਜੀ ਮੈਂ ਤੁਹਾਡੇ ਘਰੇ ਆ ਗਿਆ ਇਸ ਤਰ੍ਹਾਂ ਕੋਈ ਅਜੀਬ ਜੀ ਤੁਹਾਨੂੰ ਲੱਗਿਆ ਉਹ ਵਜਾ ਸਿਰ ਤੁਹਾਡੇ ਖੂਬਸੂਰਤ ਚਿਹਰੇ ਨੂੰ ਅੰਤਾਂ ਦੀ ਉਦਾਸੀ ਤੋਂ ਦੂਰ ਕਰਨ ਦੀ ਹੈ ਜੀ ਮੈਂ ਵੀ ਚੁੱਪ ਕਰ ਗਈ ਪੁਰੰਜ ਜੀ ਤੁਹਾਡੀ ਹਿਸਟਰੀ ਤੋਂ ਪਤਾ ਲੱਗਿਆ ਜੇ ਪਲੀਜ਼ ਮਾਇਨਾ ਨਾ ਕਰਨਾ ਤੁਹਾਡਾ ਫੋਨ ਨੰਬਰ ਮੈਂ ਤੁਹਾਡੀਆਂ ਰਿਪੋਰਟਸ ਤੋਂ ਪੜਿਆ ਤੇ ਮੈਂ ਹਿਸਟਰੀ ਤੁਹਾਡੀ ਪੜਦੀ ਪਰ ਮੇਰੀ ਵੀ ਇਹੀ ਸੇਮ ਸਿਚੁਏਸ਼ਨ ਆ ਤੁਹਾਡਾ ਵੀ ਡਿਵੋਰਸ ਮੈਨੂੰ ਹੀ ਪਾ ਕੇ ਕੁਝ ਪੁੱਛ ਬੈਠੀ हां जी मेरा भी बस دبورस्ते के चल रहे है पहला आज नई थी हुन ओ यूं लग रहा सी ते जेमे करदा ते बेटा रॉबन ਭੱਜ ਕੇ ਆ ਕੇ ਉਹਦੀ ਗੋਦੀ ਚ ਬਹਿ ਗਿਆ ਬੇਟਾ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਕਹੋ रॉबन ਨੇ ਸ਼ਰਮਾਉਂਦੇ ਚਿਹਰਾ ਜਿਹੜਾ ਮੇਰੀ ਗੋਦੀ ਚ ਲਕੋਲ ਆਪ ਹੁਤਾ ਇਧਰ ਆ ਗੱਲ ਕਰੀਦੀ ਹੁੰਦੀ ਆ ਕਰਿਆ ਨਾਲ ਉਰੇ ਡਾਕਟਰ ਰੋਬਨ ਨੂੰ ਬਹੁਤ ਪਿਆਰ ਨਾਲ ਪਛਕਾਰਦਾ ਰਿਹਾ ਰੋਬਨ ਤੇ ਸੰਗਦੇ ਹੋਏ ਰੋਬਨ ਨੇ ਉਸ ਵੱਲ ਮੂੰਹ ਵੀ ਨਾ ਪਾਇਆ ਚਾਹ ਦਾ ਕੱਪ ਰੱਖ ਕੇ ਖੜਾ ਹੋ ਗਿਆ ਰੋਬਨ ਦਾ ਪਿਆਰ ਨਾਲ ਸਿਰ ਪੋਸਣ ਲੱਗ ਗਿਆ ਮੇਰੀ ਵੀ ਇੱਕ ਧੀ ਹੈ 2 ਸਾਲ ਵੱਡੀ ਹੋਣੀ ਹੈ ਇੱਥੋਂ ਅੱਛਾ ਜੀ ਉਹ ਵੀ ਆਪਣੀ ਮੰਮਾ ਨਾਲ ਆ ਉਸਵਾਲਡ ਜਵਾਬ ਦਿੱਤੇ ਹੀ ਫਿਰ ਜੀ ਮੈਂ ਚੱਲਦਾ ਪਲੀਜ਼ ਟੇਕ ਕੇਅਰ ਹੈ ਜੇ ਜੇ ਰੱਬ ਨੇ ਚਾਹ ਫੇਰ ਮਿਲਾ ਕੇ ਹਾਂ ਜੀ ਓਕੇ ਜੀ ਮੈਂ ਬਾ ਰੋਬਨ ਬੈਠਾ ਬਾਈ ਪੂਨਮ ਕਹ ਕੇ ਡਾਕਟਰ ਬਲਰਾਜ ਬਾਹਰ ਹੋ ਗਿਆ ਗੇਟ ਬੰਦ ਕਰਕੇ ਮੈਂ ਸੋਫੇ ਤੇ ਬੈ ਗਈ ਜਿੱਥੇ ਡਾਕਟਰ ਬਲਰਾਜ ਬੈਠਾ ਸੀ ਕਮਾਲ ਹੈ ਇਹ ਬੰਦਾ ਕੌਣ ਹੈ ਅੱਖਾਂ ਮੇਰੀਆਂ ਬੰਦ ਹੋ ਗਈਆਂ ਮਰਦਾਂਮਾ ਜਿਹੜੀ ਪਰਫਿਊਮ ਦੀ ਸੁਗੰਧ ਕਮਰੇ ਦੇ ਵਿੱਚ ਸੀ ਤੇ ਉਹਦੇ ਬੋਲ ਟੇਕ ਕੇਅਰ ਪਲੀਜ਼ ਪਤਾ ਨਹੀਂ ਨਾਲ ਅੰਦਰ ਮੇਰੇ ਘੁੰਮਣ ਲੱਗੇ ਅੱਖਾਂ ਖੋਲੀਆਂ ਅੱਖਾਂ ਮੀਚ ਲੀਆਂ ਪਤਾ ਨਹੀਂ ਕੀ ਹੋ ਗਿਆ ਰਾਤ ਦੇ 8 ਵਜੇ ਰੋਬਨ ਨੂੰ ਖਾਣਾ ਵੀ ਨਹੀਂ ਖਵਾਇਆ ਭੁੱਖਾ ਹੀ ਨਸੌ ਜਾਏ ਰੋਬਨ ਸੋਣਾ ਨਹੀਂ ਪੁੱਤ ਹੁਣੇ ਫੁਲਕਾ ਲੈ ਕੇ ਆਏ ਮੰਮੀ ਜਲਦੀ ਜਲਦੀ ਰੋਬਨ ਨੂੰ ਖਾਣਾ ਬਣਾਇਆ ਤੇ ਢੋਲਾਈ ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਬਲਰਾਜ ਦਾ ਫੋਨ ਸੀ ਡਾਕਟਰ ਦਾ ਨੋਟੀਫਿਕੇਸ਼ਨ ਚੈੱਕ ਕਰ ਦिए ਮੈਨੂੰ ਮੁੱਦਤਾਂ ਤੋਂ ਬਾਅਦ ਜਿਹੜੀ ਰੂਹ ਦੀ ਤਲਾਸ਼ ਸੀ ਅੱਜ ਉਹਦੇ ਦਰਸ਼ਨ ਹੋ ਗਏ ਤੇਰੇ ਚੋਂ ਮੈਨੂੰ ਰੱਬ ਦਿਖਿਆ ਤੇ ਰੂਹ ਦਾ ਆਸ਼ਿਕਾਂ ਜਾ ਮਹਿਤਾ ਤੇਰੀ ਹਾਂ ਜਾਂ ਨਾ ਮੇਰਾ ਇਹ ਫੈਸਲਾ ਨਹੀਂ ਬਦਲ ਸਕਦੀ ਤੇਰੀ ਨਾ ਵੀ ਹੋਵੇ ਤਾਂ ਵੀ ਮੈਂ ਤੈਨੂੰ ਪਿਆਰ ਕਰਨਾ ਸਾਲ ਤਾਂ ਦੋ ਹੋ ਗਏ ਤੈਨੂੰ ਮੈਂ ਵੇਖਦੇ ਨੂੰ ਤੇ ਜਦ ਵੀ ਕਲੀਨਿਕ ਤੋਂ ਹੁੰਦੇ ਸੀ ਹਿੰਮਤ ਰਹੀ ਸੀ ਪੈਂਦੀ ਮੇਰਾ ਪ੍ਰਪੋਜ਼ ਬੁਰਾ ਲੱਗੇ ਪਰ ਇਸ ਨੂੰ ਬੁਰੇ ਸੁਪਨੇ ਵਾਂਗੂ ਭੁੱਲ ਜਾਓ ਮਾਫ ਕਰਦੇ ਹੋ ਪਰ ਮੈਂ ਨਹੀਂ ਤੈਨੂੰ ਭੁੱਲ ਸਕਦਾ ਮੈਂ ਤੈਨੂੰ ਹਮੇਸ਼ਾ ਇੰਨਾ ਹੀ ਪਿਆਰ ਕਰੂੰਗਾ ਪਿਆਰ ਕਰਦਾ ਰਹਾ ਕਰਦਾ ਤੇ ਕਰਤਾਰਾਗਾ ਪੰਜ ਮੈਸਜ ਠਾ 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 ਮੈਂ ਮੈਸੇਂ ਫੜੀ ਧੜਕਣ ਦਿਲ ਦੀ ਤੇਜ ਹੋ ਗਈ ਲੱਤਾਂ ਕੰਬਣ ਲੱਗੀਆਂ ਇਹ ਹੋ ਕੀ ਰਿਹਾ ਫਿਰ ਆਪਣੇ ਆਪ ਤੋਂ ਨਾ ਢੋਈ ਕਿਵੇਂ ਮਿਲ ਗਈ ਜਿਵੇਂ ਮਿੱਠੀ ਮਿੱਠੀ ਖੁਸ਼ਬੂ ਜੀ ਆਉਣ ਲੱਗ ਗਈ ਸਾਰਾ ਆਲਾ ਸੁਗੰਧ ਆਲਾ ਦਾ ਸੁਗੰਧਤ ਜਾ ਹੋ ਗਿਆ ਸਰਦੀਆਂ ਦੀ ਟਿੱਕੀ ਰਾਤ ਜਿੱਥੇ ਸਾਰੀ ਦੁਨੀਆ ਸੌ ਗਈ ਮੇਰੀ ਦੁਨੀਆ ਨਾ ਸੌਂਦੀ ਤੇ ਪਤਾ ਹੀ ਨਹੀਂ ਕੀ ਹੁੰਦਾ ਖੁੜ ਖੜਈ ਹੋ ਜਾਂਦੀ ਸ਼ੀਸ਼ੇ ਚ ਦੇਖਦੀ ਆਪਣੇ ਆਪ ਨੂੰ ਦੇਖ ਕੇ ਖੁਸ਼ ਹੁੰਦੀ ਤੇ ਫਿਰ ਕਹਦੀ ਹੀਰੇ ਦੀ ਜਿਹੜੀ ਪਰ ਕੋ ਜ਼ੌਰੀ ਉਹ ਕਰਦਾ ਤੇ ਕਿਸ ਨੇ ਮੇਰੀ ਇੰਨੀ ਮੁਹੱਬਤ ਦੀ ਕਦਰ ਨਹੀਂ ਪਾਈ ਕਿ ਖੱਟਿਆ ਮੈਂ ਤੇਰੀ ਹੀਰ ਬਣ ਕੇ ਕਦੇ ਗਾਉਂਦੀ ਤਰੀਖਾਂ ਬਦਲੀਆਂ ਮਹੀਨੇ ਬਦਲੇ ਰੁੱਤਾਂ ਬਦਲੀਆਂ ਸਾਲ ਬਦਲੇ ਜ਼ਿੰਦਗੀ ਮੁਸ਼ਕਿਲ ਪਾਣੀ ਵਾਂਗੂ ਸੀ ਕਿਉਂਕਿ ਜਸ ਮੇਰੇ ਘਰ ਵਾਲਾ ਮੈਨੂੰ ਛੱਡ ਕੇ ਕੈਨੇਡਾ ਜਾ ਰਿਹਾ ਸੀ ਜਿਹਨੂੰ ਪਿਆਰ ਕਰਦਾ ਕਨੇਡਾ ਵਸਦੀ ਰਾਗਣੀ दारू ਪੀ ਕੇ ਘਰ ਚ ਖਲਾਰਾ ਪਾਉਂਦਾ ਮੈਂ ਨਹੀਂ ਰਹਿ ਸਕਦਾ ਇੱਥੇ ਮੇਰਾ ਮਤਲਬ ਇਹ ਕੋਈ ਨਹੀਂ ਮੈਂ ਮਿੰਤਾ ਕਰਦੀ ਤੁਸੀਂ ਸਾਨੂੰ ਆ ਕੇ ਇੱਥੇ ਮਿਲ ਜਿਆ ਕਰੋ ਸਰਦਾਰ ਜੀ ਤੁਸੀਂ ਚਲੇ ਜਾਓ ਉੱਥੇ ਰਾਗਣੀ ਕੋਲ ਪਰ ਸਾਨੂੰ ਤਾਂ ਰਹਿਣ ਦਿਓ ਰਾਜੇ ਮਹਾਰਾਜੇ ਪੁਰਾਣੇ ਬਹੁ ਵਿਆਹ ਕਰਾ ਲਦੇ ਤੂੰ ਵੀ ਵਿਆਹ ਕਰਵਾ ਲਓ ਤੁਸੀਂ ਵੀ ਪਰ ਮਿੱਤੇ ਮੈਨੂੰ ਜਿਹੜਾ ਤੁਸੀਂ ਤਲਾਕ ਕਿਉਂ ਦਿੰਨੇ ਹੋ ਐਨੇ ਨਰਦਈ ਪਰ ਮੈਨੂੰ ਜਸ ਨਾ ਚੱਲਦਾ ਬਾਹੋਂ ਤੋਂ ਫੜਫੜ ਕਈ ਵਾਰ ਕੰਧ ਤੇ ਮਾਰਦਾ ਸੱਸ ਸੌਰਾਏ ਨੂੰ ਕਹਿੰਦੇ ਤੁਹਾਡਾ ਭਾਈ ਦੋਨਾਂ ਜੀਆਂ ਦਾ ਮਾਮਲਾ ਹੈ ਅਸੀਂ ਕੀ ਕਰਦੇ ਆ ਰਾਤ ਨੂੰ ਸੌਰਾ ਮੁੱਛ ਤੇ ਹੱਥ ਪਿਆ ਫੇਰ ਕੇ ਗੱਲ ਕਰਦਾ ਭਾਈ ਜੀ ਤੋਂ ਆਪ ਦਾ ਬੰਦਾ ਹੀ ਨਹੀਂ ਸੰਭਾਲਿਆ ਗਿਆ ਉਹ ਵੀ ਕੋਈ ਜਨਾਨੀ ਹੁੰਦੀ ਹੈ ਸੱਸ ਕਹਿੰਦੀ ਕਹਿੰਦੇ ਨੇ ਮਰਤਾ ਨੇ ਦੀ ਬੰਦਰ ਜਾਤ ਹੈ ਜਿੰਮੇ ਮਰਜੀ ਉਂਗਲਾ ਚਾਲੋ ਪਰ ਅਕਲ ਹੋਣੀ ਚਾਹੀਦੀ ਤੇਰੇ ਅਰਿਆਂ ਕੁਡਰਾ ਨੇ ਕਾਦੇ ਰੰਗ ਲਾਉਣੇ ਤੈਨੂੰ ਕੀ ਪਤਾ ਬੰਦਾ ਕਿਵੇਂ ਸੰਭੜਣਾ ਸੱਚ ਵੀ ਸੱਚੀ ਸੀ ਦੋ ਸੰਭੀ ਬੈਠੀ ਸੀ ਇੱਕ ਛੜਾਤਾ ਆਇਆ ਸੀ ਜਿਹਨੇ ਵਿਆਹ ਨਹੀਂ ਸੀ ਕਰਾਇਆ ਆ ਜੇ ਉਹਦੀ ਗੱਲ ਹੁੰਦੀ ਤਾਂ ਕਹਿੰਦੀ ਲਾ ਇਹਦੇ ਮੂੰਹ ਹੱਥ ਮੂੰਹ ਨਾ ਰੱਖਾਂ ਇਹ ਤਾਂ ਕੋਈ ਸ਼ਰੀਕ ਅੱਧੀ ਵੱਢ ਕੇ ਲੈ ਜੂ ਮੇਣਾ ਕੋਈ ਆਪਦੇ ਸਹੁਰੇ ਦਾ ਪੁੱਤ ਹੈ ਕਿੜਾ ਕੋਈ ਬੇਗਾਨਾ ਸੱਸ ਉਸ ਨੂੰ ਸਹੀ ਕਰਦੀ ਫੇਰ ਸੋਚਦੀ ਵੀ ਮੇਰੇ 'ਚ ਕੋਈ ਕਮੀ ਹੈ ਬਸ ਜਸ ਜਿਆਦਾ ਪੀਣ ਲੱਗ ਗਿਆ ਤੇ ਪੀ ਕੇ ਬੋਲਦਾ ਉੱਚੀ ਉੱਚੀ ਰਾਗ ਨਹੀਂ ਮੈਂ ਤੇਰੇ ਬਣਾ ਰਾਗ ਨਹੀਂ ਮੈਂ ਆ ਰਿਹਾ ਤੇਰੇ ਕੋਲ ਛੱਡ ਕੇ ਸਾਰਾ ਕੁਝ ਅੱਧੀ ਰਾਤ ਡਾਇਲੌਗ ਬੋਲਦਾ ਮੈਂ ਤੋ ਜਮਾ ਹੀ ਤੇਰੀ ਜਦਾਈ ਨਹੀਂ ਚੱਲੁੰਦੀ ਮਰ ਜੂ ਮੈਂ ਤਾਂ ਮੈਂ ਆਇਆ ਲੈ ਮੈਂ ਮਿੰਤਾ ਕਰਦੀ ਰੋਵਨ ਵੀ ਸੀ ਹੋ ਗਿਆ ਤੇ ਕਿੱਥੇ ਕੋਈ ਨਾ ਸੁਣਦਾ ਅਖੀਰ ਤੇ ਮੈਂ ਮਿੰਤਾ ਕਰਦੀ ਜੀਖਸ ਹੁਣ ਜਵਾਕ ਵੀ ਹੋ ਗਿਆ ਹੁਣ ਤੂੰ ਇਹ ਉਹ ਨਾ ਕਰ ਮੇਰੇ ਚ ਕੀ ਕਮੀ ਐ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਐ ਤੂੰ ਪਾਵੇਂ ਸੋਨੇ ਦੀ ਬਣ ਜਾ ਪਰ ਜਿਹੜੀ ਦਿਲ ਦੇ ਵਿੱਚ ਰਾਗਣੀ ਦੀ ਜਗਾ ਉਹ ਨਹੀਂ ਲਾ ਸਕਦੀ ਤੂੰ ਮੈਂ ਰਾਗਣੀ ਕੋਲ ਜਾਣਾ ਹੀ ਜਾਣਾ ਬਸ ਪੇਪਰ ਵਰਕ ਮੇਰਾ ਹੋ ਰਿਹਾ ਮੈਂ ਚੱਲਿਆ ਬਸ ਸੁਣਦੀ ਨਾ ਅਖੀਰ ਰੋੰਦੀ ਤੋੜ ਨੂੰ ਛੱਡ ਕੇ ਰਾਗਣੀ ਕੋਲ ਜਸ ਚਲੇ ਗਿਆ ਤੇ ਉਹਦੇ ਬਾਅਦ ਸੱਸ ਸਹੁਰੇ ਨੇ ਨਵੇੜ ਤੇ ਪੈਸੇ ਥੇਲੇ ਦੇ ਕੇ ਸਾਡਾ ਰਸਾ ਲਵੇਟਤਾ ਤੇ ਅੱਜ ਜ਼ਿੰਦਗੀ ਦੇ ਵਿੱਚ ਆ ਡਾਕਟਰ ਬਲਰਾਜ ਨੇ ਜ਼ਿੰਦਗੀ ਦੁਆਰਾ ਤੋੜਤੀ ਨੌਕਰਾਨੀ ਮੇਰੇ ਦਿਨ ਦੇ ਹਿਸਾਬ ਕਿਤਾਬ ਨੂੰ ਦੇਖਦੀ ਤੇ ਗੱਲਾਂ ਬਾਤਾਂ ਕਰਦੀ ਹੁਣ ਮੈਂ ਖੁਸ਼ ਸੀ ਬਹੁਤ ਤੇ ਸੁਪਨਾ ਮੇਰੀ ਜਿਹੜੀ ਆ ਮੈਨੂੰ ਵੇਖਦੀ ਤੇ ਹੁਣ ਬਲਰਾਜ ਅਕਸਰ ਰਾਤ ਨੂੰ ਖਾਣਾ ਮੇਰੇ ਕੋਲ ਆਂਦਾ ਮੈਂ ਤਰ੍ਹਾਂ ਤਰ੍ਹਾਂ ਦੇ ਖਾਣੇ ਰੀਜਨਲ ਬਣਾਉਂਦੀ ਸਪਨਾ ਕਈ ਵਾਰ ਹੱਸਦੀ ਬਧੀ ਬੀਬੀ ਜੀ ਕੀ ਬਾਤ ਹੈ ਅੱਜ ਕੱਲ ਬਹੁਤ ਟੇਸਟੀ ਖਾਣੇ ਬਣਾ ਰਹੀ ਹੈ ਹੋ ਆਪ ਹਮੇਸ਼ਾ ਹੀ ਹੈਪੀ ਹੈਪੀ ਕੀ ਬਾਤ ਹੈ ਚਾਲਾ ਕੰਬਲੀ ਨਾ ਹੋਵੇ ਕੋਈ ਗੱਲ ਨਹੀਂ ਚੱਲ ਤੂੰ ਰਾਤ ਨੂੰ ਮੈਂ ਰੋਟੀ ਆਪੇ ਲਾ ਨੂੰ ਮੈਂ ਉਹਨੂੰ ਘਰ ਨੂੰ ਭੇਜ ਦਿੰਦੀ ਰੋਬਰ ਵੀ ਮੇਰੇ ਤੋਂ ਜ਼ਿਆਦਾ ਬਲਰਾਜ ਦਾ ਪਿਆਰ ਕਰਦਾ ਚਿੰਬੜਦਾ ਉਹਨੂੰ ਬਲਰਾਜ ਉਹਨੂੰ ਘੁੱਟ ਕੇ ਸੀਨੇ ਨਾਲ ਲਾਉਂਦਾ ਮੂੰਹ ਚੁੰਮਦਾ ਆ ਜਾ ਪੁੱਤ ਆ ਜਾ ਓਰੇ ਆ ਜਾ ਕੇਰਾ ਚੜ ਗੋਦੀ ਦੱਸ ਕੀ ਖਾਣਾ ਮੇਰੇ ਪੁੱਤ ਨੇ ਰੋਲਾ ਪਾਉਂਦਾ ਮਨਪਸੰਦ ਚੀਜ਼ਾਂ ਦਾ ਲਫਾਫਾ ਨੂੰ ਦਾ ਰੋਬਨ ਖੁਸ਼ੀ ਟਪੂਸੀਆਂ ਮਾਰਦਾ ਮੇਰੀਆਂ ਅੱਖਾਂ 'ਚ ਕਈ ਵਾਰ ਹੰਝੂ ਆਉਂਦੇ ਵੀ ਕਮਾਲ ਹੋ ਗਈ ਜੋ ਆਖ ਕਿਸੇ ਦਾ ਜੰਮਿਆ ਮੈਂ ਤੇ ਪਿਆਰ ਇੰਨਾ ਬਰਾਜ ਨੂੰ ਕਰ ਰਿਹਾ ਮੈਂ ਰੋਂਦੀ ਤਾਂ ਹਾਂ ਕਹਿੰਦਾ ਬੂਨਮ ਬੰਦੇ ਨੂੰ ਮੇਣਾ ਜੇ ਬੰਦੇ ਦੇ ਮਰਦ ਦੇ ਹੁੰਦੇ ਇਸਤਰੀ ਰੋਵੇ ਮੈਂ ਅੱਖਾਂ 'ਚ ਇਹਨਾਂ 'ਚ ਹੰਝੂਆਂ ਨਹੀਂ ਦੇ ਸਕਦਾ ਜਿਹੜਾ ਰੋਣਾ ਸੀ ਰੋ ਲਿਆ ਮੈਂ ਹੁਣ ਹਸਦੀ ਦੇਖਣਾ ਚਾਹਣਾ ਤੈਨੂੰ ਉਂਗਲ ਕੱਢ ਕੇ ਬੋਲਦਾ ਹਾਂ ਨਹੀਂ ਇਹ ਨਹੀਂ ਖੁਸ਼ੀ ਦੇ ਹੰਝੂ ਨੇ ਮਰਾਜ ਹੁਣ ਤਾਂ ਐਉਂ ਲੱਗਦਾ ਜਿਵੇਂ ਤੁਸੀਂ ਪਿੰਜਰ ਵਿੱਚ ਰੂਪ ਪਾਤੀ ਦਵਾਰਾ ਜਿਉਂਦੀ ਹੋਗੀ ਮੈਂ ਮੈਂ ਵੀ ਇਹਨਾਂ ਹਾਲਤਾਂ 'ਚੋਂ ਗੁਜ਼ਰੇ ਆ ਮੇਰੀ ਜਾਨ ਮੈਂ ਸਮਝਦਾ ਨਾ ਤੇਰੀ ਫੀਲਿੰਗ ਹੁਣ ਨਹੀਂ ਕਹਾਣੀ ਹੈ ਹੁਣ ਦੋ ਜਿਸਮ ਇੱਕ ਜਾਨ ਆ ਆਪਾਂ ਤੇ ਪੰਜੀ ਚੌਹੇ ਦਿਨੇ ਬਲਰਾਤ ਨੂੰ ਮੇਰੇ ਕੋਲ ਰਹਿੰਦਾ ਵੀ ਸਵੇਰੇ ਨਾ ਤੋ ਕੇ ਨਾਸ਼ਤਾ ਕਰਕੇ ਇੱਥੋਂ ਸਿੱਧੇ ਕਲੀਨਿਕ ਨੂੰ ਜਾਂਦਾ ਉਹ ਨਾਲ ਲੈਣਦਾ ਸਮਾਨ ਤੇ ਕੱਪੜੇ ਵੀ ਮੈਂ ਬਹੁਤ ਸ਼ੌਕ ਨਾਲ ਖਰੀਦ-ਖਰੀਦ ਰੱਖਦੀ ਸਵੇਰ ਨੂੰ ਤਿਆਰ ਕਰਕੇ ਭੇਜਦੀ ਮੇਰੀ ਖਰੀਦ ਤੇ ਪਸੰਦੀਦਾ ਦਾ ਦਿੰਦਾ ਤੇਰੀ ਪੂਨਮ ਤੇਰੀ ਚੁਆਇਸ ਬਈ ਕਮਾਲ ਹੋ ਗਈ ਜਿੰਨੀ ਤੂੰ ਖੂਬਸੂਰਤਾਂ ਉਨਿਓ ਤੇਰੀ ਵਧੀਆ ਜਿਹੜੀ ਪਸੰਦ ਹੈ ਪੇਰਾ ਵੀ ਹੱਸਦਾ ਆਪਣੀ ਸ਼ਰਟ ਦਾ ਕਲਰ ਫੜ ਕੇ ਤਾਰੀਫ ਕਰਾ ਵਈ ਜੱਟ ਦੀ ਚੌਣ ਕਰਦੀ ਵਿੱਚ ਉਹ ਸਰੀ ਹੈ ਕਿ ਨਹੀਂ ਟੀਸੀ ਵਾਲਾ ਵੇਰ ਤੋੜਿਆ ਜੀ ਮੈਂ ਅੱਖ ਕੇ ਸ਼ਰਮਾ ਜਾਂਦੀ ਬਰਾਜ ਬਸ ਇੱਕੇ ਫਿਕਰਾ ਕਿਤੇ ਨજર ਨਾ ਲੱਗੇ ਚਾ ਕੰਬਣੀ ਨਾ ਹੋਵੇ 네ਗੇਟਿਵ ਨਹੀਂ ਸੋਚੀਦਾ ਹੁੰਦਾ ਹੈ ਕੋਈ ਦੁਨੀਆ ਦੀ ਹਸਤੀ ਜਿਹੜੀ ਆਪਾਂ ਨੂੰ ਪਰਾਂ ਕਰਦਾ ਗਰਕ ਕਰਦੇ ਆਂਗੇ ਸਾਰੀ ਦੁਨੀਆ ਨੂੰ ਤੈਨੂੰ ਮੇਤੋਂ ਕੌਣ ਬਰਾ ਕਰ ਦੂ ਜਦ ਬਲਰਾਜ ਗੱਲ ਕਰਦਾ ਤੇ ਉਹਦੇ ਥੰਮਾ ਹਰ ਕੇ ਬਾਹਾਂ ਦੇ ਸਹਾਰੇ ਮੈਂ ਉੱਡਦੀ ਫਿਰ ਨਿਸ਼ਚਿੰਤ ਹੋ ਜਾਂਦੀ ਕਈ ਵਾਰ ਉਹ ਆਪਣੇ ਪਿੰਡ ਚਲੇ ਜਾਂਦਾ ਬਹੁਤ ਬੇਚੈਨੀ ਤੇ ਉਦਾਸੀ ਦਾ ਸਮਾਂ ਹੁੰਦਾ ਇੱਕ ਇੱਕ ਦਿਨ ਉਹ ਤੋਂ ਬਿਨਾ ਵਰਿਆਂ ਨੂੰ ਗੁਜ਼ਰਦਾ ਬਲਰਾਜ ਤੋਂ ਜ਼ਿੰਦਗੀ ਦਾ ਕੋਈ ਵੀ ਭੇਤ ਨਹੀਂ ਲੁਕਾਇਆ ਕਰਦੀ ਟੱਬਰ ਦੀ ਗੱਲ ਸਾਰੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੇ ਜੇ ਮੈਂ ਕਈ ਵਾਰੋਂ ਗਿਆ ਤਾਂ ਫਿਕਰ ਕਰਦੀ ਉਹ ਕਹਿੰਦਾ ਵਿਸ਼ਵਾਸ ਆ ਨਾ ਜਿਹੜਾ ਇਹ ਤੇ ਉਹ ਦੀ ਪੌੜੀ ਆ ਤੇ ਪਹਿਲਾ ਡੰਡਾ ਇਹ ਐਵੇਂ 네ਗੇਟਿਵ ਨਹੀਂ ਸੋਚੀਦਾ ਹੁੰਦਾ ਕੈਮ ਰਹੀਦਾ ਹੁੰਦਾ ਬਰਾਜ ਦੇ ਪਿਆਰ ਦੀ ਸਖਤ ਮੈਨੂੰ ਜ਼ਰੂਰ ਸੀ ਮੇਰੀ ਮੈਨੂੰ ਆਇਆ ਸੀ ਵੀ ਜੇ ਪਰਾਂ ਹੋ ਗਿਆ ਮੇਰੀ ਜ਼ਿੰਦਗੀ ਮੁੱਕ ਜਾਣੀ ਤੇ ਹੁਣ ਹਫ਼ਤਾ ਹੋ ਗਿਆ ਨਾ ਫੋਨ ਨਾ ਗੱਲ ਨਾ ਬਾਤ ਜਵਾਕ ਕੋਲ ਨੂੰ ਆਦਾ ਮੈਂ ਰੋਬਨ ਨੂੰ ਭੱਜ ਕੇ ਪੈਂਦੀ ਅਖੀਰ ਰੋਬਨ ਨੂੰ ਸੁਪਨਾ ਨੂੰ ਸੰਭਾਲ ਕੇ ਮੈਂ ਤੇ ਪਤਾ ਕਰ ਲਵੇ ਹੋਇਆ ਕੀ ਤੇ ਸਕੂਟੀ ਸਟਾਰਟ ਕੀਤੀ ਉਹਦੇ ਕਲੀਨਿਕ ਜਾਂ ਕਲੀਨਿਕ ਦੇ ਸਾਹਮਣੇ ਕਾਰ ਚ ਬਰਾਜ ਨੂੰ ਦੇਖ ਮੇਰੇ ਸਾਹ ਚ ਸਾਪ ਹੈ ਕਾ ਸ਼ੁਕਰ ਆ ਰੱਬ ਦਾ ਮੇਰੇ ਕੋਲ ਆ ਕੇ ਉਹਨੇ ਕਾਰ ਰੋਕੀ ਪੁੱਤ ਤੂੰ ਇੱਥੇ ਆ ਆ ਸਮੇ ਮੈਂ ਤਾਂ ਹੀ ਥੋੜ ਨੂੰ ਦੇਖਣ ਆਈ ਕਿੰਨੀ ਵਾਰ ਸਮਝਾਇਆ ਵੀ ਬਈ ਐ ਨਹੀਂ ਕਰਨਾ ਹੈ ਇਓ ਯਾਰ ਇਸ ਤਰ੍ਹਾਂ ਨਹੀਂ ਕਲੀਨ ਆਉਣਾ ਤਾ ਤੂੰ ਸਰਦਾਰਨੀ ਆ ਹੁਣ ਕਲੀਨ ਕਰ ਥੋੜਾ ਤੁਰੇ ਫਿਰਨਾ ਮੈਂ ਤੁਹਾਡਾ ਫੋਨ ਵੀ ਇਸ ਵਿੱਚ ਆਫ ਸੀ ਜੀ ਮੈਂ ਤਾਂ ਡਰ ਗਈ ਕੰਬਲੀ ਨਾ ਹੋਵੇ ਪਿੰਡ ਗਿਆ ਸੀ ਜ਼ਰੂਰੀ ਕੰਮ ਸੀ ਫੋਨ ਉਥੇ ਖਰਾਬ ਹੋ ਗਿਆ ਜੇ ਬਣਿਆ ਨਹੀਂ ਅੱਜ ਹੀ ਆਇਆ ਤੇ ਸਿੱਧਾ ਤੇਰੇ ਕੋਲ ਚਲ ਆ ਤੁਰ ਇਹਨੂੰ ਖੜਾ ਸਕੂਟੀ ਜੇ ਇਹਨੂੰ ਕਾਰ 'ਚ ਬੈਠ ਨਹੀਂ 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 ਸਕੂਟੀ ਘਰੇ ਲੈ ਕੇ ਜਦ ਮੈਂ ਗਿਆ ਨਾਲੇ ਕਾਰ ਦਰਵਾਜ਼ਾ ਖੋਲਿਆ ਸਪਨਾ ਨੂੰ ਕਹਿੰਦਾ ਸਪਨਾ ਜਾਓ ਅਬ ਮੈਂ ਰੋਬਨ ਕੋ ਦੇਖ ਲੂੰਗੀ ਹਿੰਦੀ ਬੋਲੀ ਠੀਕ ਆ ਬੀਬੀ ਜੀ ਉਹ ਵੀ ਖਚਰੀ ਜੀ ਹਾਸੇ ਹਾਸੇ ਮੈਂ ਹੌਲੀ ਹੌਲੀ ਬਰਾਦ ਦੱਸਣ ਲੱਗ ਗਿਆ ਪੂਨਮ ਉਰੇ ਆ ਤੈਨੂੰ ਇੱਕ ਗੱਲ ਦੱਸਣੀ ਆ ਮੈਂ ਮੈਂ ਕੋਲ ਬੈ ਗਈ ਉਰੇ ਹੋ ਮੇਰੇ ਕੋਲ ਮੈਂ ਤਾਂ ਬਹੁਤ ਔਖਾ ਕੰਮ ਵਿੱਚ ਫਸ ਗਿਆ ਇਹਦੇ ਕਰਕੇ ਦਿਨ ਬੰਦ ਸੀ ਮੇਰੀ ਵਾਈਫਾ ਜਿਹੜੀ ਨਾ ਉਹ ਤਲਾਕ ਦੇ ਪੇਪਰਾਂ ਤੇ ਸਾਈਨ ਕਰਨ ਦਾ 10 ਲੱਖ ਮੰਗਦੀ ਆ ਕੀ ਇਸ ਲਮਕਾ ਰਹੀ ਹੈ ਤੈਨੂੰ ਪਤਾ ਮੇਰੀ ਫਾਈਨੈਂਸ਼ੀਅਲ ਸਿਚੁਏਸ਼ਨ ਮੇਰੇ ਕੋਲ ਕਿੱਥੇ 10 ਲੱਖ ਹੈ ਮੈਂ ਤਾਂ ਅੱਗੇ ਔਖਾ ਹੋਇਆ ਪਿਆ ਖਰਚੇ ਇੰਨੇ ਕਿਸਾਂ ਤੇ ਤਸੀਮ ਮੇਰੇ ਹੁੰਦੇ ਕਿਉਂ ਟੈਨਸ਼ਨ ਲੈਨੇ ਹੋ ਆਪਾਂ ਸੋਲੂਸ਼ਨ ਕੱਢਦੇ ਆ ਮੈਂ ਸਿੱਧੀ ਹੋਗੀ ਭਰਪੂਰਮ ਤੂੰ ਕੀ ਸੋਲੂਸ਼ਨ ਕੱਢੇਗਾ ਤੇ 15 ਜਨਵਰੀ ਨੂੰ ਨੇ ਡੇਟ ਪਾਤੀ ਜੱਜ ਨੇ ਇੰਨੀ ਰਕਮ ਤੇ ਸਿਰਫ 3 ਦਿਨ ਨੇ 10 ਲੱਖ ਕਿੱਥੋਂ ਬਰਾਜ ਮੈਂ ਤੁਹਾਨੂੰ ਕਿਸੇ ਤਰੀਕੇ ਵੀ ਅਦਾਸ ਨਹੀਂ ਦੇ ਸਕਦੀ ਤੇਰਾ ਜੁਦਾਈ ਦਾ ਇੱਕ ਹਫਤਾ ਮੈਨੂੰ 7 ਸਾਲਾਂ ਵਾਂਗੂੰ ਲੰਘਿਆ ਤੇਰਾ ਹੀ ਸਾਰਾ ਕੁਝ ਹੈ ਮੈਨੂੰ ਜਦ ਮੈਨੂੰ ਡਿਵੋਰਸ ਮੇਰਾ ਹੋਇਆ 10 ਲੱਖ ਰੁਪਈਆ ਜੱਜ ਨੇ ਜਾਸਾ ਨੂੰ ਦੇਖ ਗਿਆ ਮੈਂ ਤੈਨੂੰ ਦਿੰਨੀਆਂ ਪੈਸੇ ਕਢਾ ਕੇ ਮੇਰੇ ਕੋਲ ਬੈਂਕ ਚ ਪਏ ਨੇ ਪੈਸੇ ਬਰਾਜ ਨੇ ਮੇਰਾ ਮੈਨੂੰ ਟੇਡੀ ਕਰਕੇ ਆ ਮੇਰਾ ਸਿਰ ਆਪਣੇ ਪੱਟਾਂ ਤੇ ਰੱਖ ਲਿਆ ਤੇ ਸਿਰ ਤੇ ਹੱਥ ਪੇੜ ਲਿਆ ਨਹੀਂ ਇਹ ਤਾਂ ਤੇਰੀ ਤੇ ਰੋਬੰਦੀ ਈਮਾਨਤ ਹੈ ਮੈਂ ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ ਤੂੰ ਪਹਿਲਾਂ ਬਹੁਤ ਪੈਸੇ ਖਰਚ ਲਿਆ ਮੇਰੇ ਬਰਾਜ ਜਦ ਮੈਂ ਸਾਰਾ ਕੁਝ ਤੈਨੂੰ ਦੇਈ ਬੈਠੀਆਂ ਤੀ ਕੀ 10 ਲੱਖ ਰੁਪਈਆ ਆਪਾਂ ਆਪਣਾ ਸਾਰਾ ਕੁਝ ਕਰ ਲੈਣਾ ਸਹੀ ਤੁਸੀਂ ਉਧਰੋਂ ਨਵੇੜੋਂ ਕੰਮ ਪੈਸਾ ਤੇ ਲਾ ਮੇਤੋ ਲਾਓ ਤੇ ਸਾਰਾ ਕੰਮ ਆਪਰ ਰਲ ਕੇ ਕਰ ਲੈਣਾ ਤੇ ਮੈਂ ਟੀਚਰ ਦੀ ਜੌਬ ਛੱਡ ਦੇਣੀ ਆ ਪਰ ਤੁਸੀਂ ਆਪਣੇ ਕੋਲ ਕਿਹੜੀ ਚੀਜ਼ ਦੀ ਕਮੀ ਹੈ ਤੇ ਆਪਾਂ ਬਸ ਸਭ ਸਹੀ ਹੋ ਜਾਣਾ ਤੁਹਾਡੀ ਬੇਟੀ ਹੈ ਜਿਹੜੀ ਪਲਵੀ ਹੈ ਮੇਰਾ ਇਹ ਰੋਬਨ ਆ ਤੇ ਇੱਕ ਬੱਚਾ ਆਪਣਾ ਸਾਂਝਾ ਹੋਊ ਆਪਾਂ ਤਿੰਨੇ ਜੋ ਆਖ ਸੰਭ ਲੈਣੇ ਨੇ ਤੇ ਬਸ ਦੂਜੇ ਦਿਨ ਸਵੇਰੇ ਕਢਾ ਕੇ ਪਹੇਤੇ ਤੇ 15 ਜਨਵਰੀ ਲੰਘੀ ਰਾਤ ਦੀ ਫੋਨ ਟਰਾਈ ਕਰਦੀ ਆ ਤੇ ਬਰਾਇ ਦਾ ਫੋਨ ਬੰਦ। ਉਹ ਤਾਂ ਕਹਿੰਦਾ ਜੇ ਫੋਨ ਦਾ ਨਵੇੜਾ ਕੰਮ ਦਾ ਹੋ ਗਿਆ ਜਦੇ ਆਉਂ ਕਾਲ ਤੈਨੂੰ ਕਰੂੰ ਅੱਜ 18 ਜਰਵੇ ਨਾ ਬਲਰਾਜ ਆ ਇਹਨਾਂ ਫੋਨ। ਅੱਜ ਸਕੂਲ ਵੀ ਜਾਣ ਨੂੰ ਜੀਨ ਕੀਤਾ ਰੋ ਬਨੂ ਸਕੂਲ ਛੱਡ ਕੇ ਮੈਂ ਪਾਰਕ ਦੇ ਢੇੜੇ ਦੀ ਪਾਰਕ 'ਚ ਬਹਿ ਗਈ ਸਿਰ ਸੁੱਟ ਕੇ। ਤਰਥੱਲੀ ਮੱਚ ਰਹੀ ਸੀ ਅੰਦਰ ਕਿ ਹੋਰਤ ਵੀ ਕੀ ਹੈ ਤੇ ਸਾਰਾ ਕੁਝ ਆਪਣਾ ਵਾਰ ਦਿੰਦੀ ਹੈ। ਮੂਰ ਨੂੰ ਕੁਝ ਦੇਖਦੀ ਹੋ ਨਹੀਂ। ਯੇ ਮੈਂ ਨਿਗੜ ਨੈਗੇਟਿਵ ਸੋਚਣ ਲੱਗਦੀ ਜਦੋਂ ਉਹਦੀ ਗੱਲ ਓਹੋ ਓ ਯਾਰ ਨਹੀਂ ਨੈਗੇਟਿਵ ਸੋਚਿਆ ਤੈਨੂੰ ਮੈਂ 20 ਵਾਰ ਕਿਹਾ ਤੇ ਐ ਨਹੀਂ ਸੋਚੀਦਾ ਹੁੰਦਾ ਇੱਥੇ ਕਲੀਨਿਕ ਵੀ ਨਹੀਂ ਆਉਣਾ ਨਾਲੇ ਸਾਰਾ ਸਟਾਫ ਮੂੰਹ ਆਈਆਂ ਗੱਲਾਂ ਕਰਦਾ ਪਰ ਮੇਰਾ ਦਿਮਾਗ ਅੱਜ ਬਹੁਤ ਚੱਕਿਆ ਗਿਆ ਸੀ ਤੇ ਹੱਡ ਚੀਰ ਮੀ ਠੰਡ ਬਰਫੀਲੀ ਹਵਾ ਤੇ ਗਾੜੀ ਸਲੇਟੀ ਧੁੰਦ ਮੈਨੂੰ ਰੋਕ ਰਹੀ ਸੀ ਮਸਕੂਟੀ ਚੱਕੀ ਤੇ ਸਿੱਧਾ ਕਲੀਨਿਕ ਤੇ ਮੇਰਾ ਮਾਨਸਿ ਬਲਰਾਜ ਮੇਰਾ ਕਦ ਹੋਵੇਗਾ ਤੂੰ ਪੂਰੇ ਦਾ ਪੂਰਾ ਕਾਦੇ ਰਿਸ਼ਤੇ ਦਾ ਫੱਟਾ ਲੱਗੂਗਾ ਕਿੱਥੇ ਤੇਰਾ ਨਾਮ ਮੇਰੀ ਕੋਠੀ ਤੇ ਲਿਖ ਹੋਊਗੀ ਜਦ ਮੈਂ ਕਾਊਂਟਰ ਤੇ ਪਹੁੰਚੀ ਠੰਡ ਸੀ ਬੈਠੀ ਨਰਸ ਜੋਤੀ ਨੇ ਮੈਨੂੰ ਪਛਾਣ ਲਿਆ ਸਤਿ ਸ੍ਰੀ ਅਕਾਲ ਬਲਾਈ ਕੋਡ ਪਈ ਕੁਰਸੀ ਤੇ ਮੈਂ ਬੈਠਦੇ ਆਉਂਦੇ ਅੱਗੇ ਸਵਾਲ ਨੇ ਜੋਤੀ ਡਾਕਟਰ ਬਲਰਾਜ ਕਿੱਥੇ ਨੇ ਆਏ ਨਹੀਂ ਕਿੰਨੇ ਦਿਨਾਂ ਤੋਂ ਨਹੀਂ ਆਏ ਕੋਈ ਫੋਨ ਕੋਈ ਮੈਸੇਜ ਕਿੱਥੇ ਨੇ ਉਹ ਜੋਤੀ ਨੇ ਫੋਲ ਮੀਆਂ ਨਜ਼ਰਾਂ ਮੇਰੇ ਚਿਹਰੇ ਤੇ ਘਟਦੀਆਂ ਬਿਨਾ ਕੋ ਜਵਾਬ ਦਿੱਤੇ ਗੰਭੀਰ ਹੋ ਗਈ ਕਲੀਨਿਕ ਦੇ ਪਿਛਲੇ ਪਾਸੇ ਹਿੱਸੇ ਚ ਰੌਲਾ ਪੈ ਰਿਹਾ ਸੀ ਹੱਸ ਰਿਹਾ ਸੀ ਬਲਰਾਜ ਦਾ ਹਾਸਾ ਸੀ ਇਹ ਤਾਂ ਹਾਸਾ ਬਲਰਾਜ ਦਾ ਮੈਂ ਜਾ ਉਹਦੇ ਬਲ ਚੱਕ ਕੇ ਆਉ ਕਹਿੰਦੇ ਸਰ ਆਪਣੇ ਦੋਸਤਾਂ ਚ ਬੈਠੇ ਨੇ ਕੁਝ ਰਿਸ਼ਤੇਦਾਰ ਵੀ ਨੇ ਤੁਹਾਨੂੰ ਦੱਸਿਆ ਨਹੀਂ ਸਰ ਨੇ ਕੀ ਜੋਤੀ ਉਹ ਬਸ ਉਹਨਾਂ ਦੀ ਵਾਈਫ ਨੂੰ ਨਾ ਰਾਜਨਾਮਾ ਹੋ ਗਿਆ ਆਪਣੀ ਪਤਨੀ ਤੇ ਬੇਟੀ ਦੀ ਖੁਸ਼ੀ ਦੇ ਦੀ ਆਉਣ ਚੋ ਪਾਰਟੀ ਕਰ ਰਹੇ ਨੇ ਪਿੱਛੇ ਇੱਥੇ ਖਾਸ ਦੋਸਤਾਂ ਨੂੰ ਆਪਣੇ ਨੂੰ ਮੈਂ ਪਮਤਰਿਆ ਜੋਤੀ ਦੇ ਮੂੰਹ ਵੱਲ ਦੇਖ ਰਹੀ ਸੀ ਉਹ ਅਜੇ ਵੀ ਬੋਲੀ ਜਾ ਰਹੀ ਮੈਨੂੰ ਪਤਾ ਨਹੀਂ ਸੀ ਮੈਂ ਅੰਦਰ ਵੱਲ ਚਲੀ ਗਈ ਜਿੱਥੇ ਪਾਰਟੀ ਚੱਲਦੀ ਸੀ ਗਮਸਮ ਗੁੰਗੀ ਬੋਲੀ ਬਣ ਕੇ ਉੱਥੇ ਬੈਠੀ ਥੋੜੀ ਦੇਰ ਬਾਅਦ ਜੋਤੀ ਨਾਲ ਬਰਾਜ ਵੀ ਮੇਰੇ ਸਾਹਮਣੇ ਭੁਨਮ ਕੀ ਹਾਲ ਤੁਹਾਡੇ ਬਰਾਜ ਐਂ ਗੱਲ ਕਰ ਰਹੇ ਜਿਵੇਂ ਕੁਝ ਵੀ ਨਹੀਂ ਹੋਇਆ ਕਹਿੰਨਾ ਕਿ ਤੁਸੀਂ ਕਿਉਂ ਆਇਆ ਮੈਂ ਕਿੰਨੀ ਵਾਰ ਮਨਾਂ ਕੀਤਾ ਚਲੋ ਮੈਂ ਘਰੇ ਆਉਣਾ ਥੋੜੀ ਤੇਰੇ ਤੱਕ ਆ ਕੇ ਸਾਰੀ ਗੱਲ ਸਮਝਾਉਣਾ ਅਮ ਤੁਸੀਂ ਘਰ ਚਲੋ ਪਲੀਜ਼ ਆਮ ਕਮਿੰਗ ਤੋ ਚਲੋ ਚਲੋ ਚੱਲ ਤਾਂ ਸਹੀ ਯਾਰ ਚੱਲ ਮੈਂ ਕਿਹਾ ਉਹ ਚੱਲ ਵੀ ਤੁਰ ਯਾਰ ਮੈਂ ਆਉਣਾ ਮੈਂ ਤੈਨੂੰ ਕੀ ਗੱਲ ਕਰਦਾ ਮੈਂ ਆ ਕੇ ਨਾ ਮੇਰੇ ਕੋਲ ਤੇ ਪੁੱਛਣ ਨੂੰ ਕੁਛ ਨਹੀਂ ਸੀ ਮਾਰਖ ਜੀ ਤੁਹਾਨੂੰ ਤੇ ਅੱਜ ਤੋਂ ਬਾਅਦ ਮੈਂ ਇੱਥੇ ਨਹੀਂ ਕਰੇ ਆਉਂਦੀ ਐਨਾ ਆਖ ਹੱਥ ਜੋੜ ਆਪਣੇ ਆਪ ਨੂੰ ਸੰਭਾਲ ਦੀ ਖੜੀ ਹੋਗੀ ਸਭ ਕੁਛ ਅੰਦਰੋਂ ਖਤਮ ਭਿਆਨਕ ਤੂਫਾਨ ਦੀ ਆਮਦ ਪਾਕ ਤਵਾਹੀ ਚਿਹਰਾ ਪੀਲਾ ਤੇ ਬੁੱਲ ਨੀਲੇ ਪੈਰ ਟੁੱਟ ਰਹੇ ਨੇ ਉਹੀ ਟੁੱਟਦੇ ਪੈਰਾਂ ਨਾਲ ਪਤਾ ਹੀ ਨਹੀਂ ਸਕਿਉਟੀ ਐ ਜਿਹੜੀ ਸਕੂਟਰੀ ਰੌਬਨ ਦੇ ਸਕੂਲ ਵੱਲ ਨੂੰ ਲੈ ਗਈ ਤੇ ਰੌਬਨ ਨੂੰ ਲਿਆ ਕੇ ਉਹਦੀ ਬੈੱਡ ਤੇ ਪੁੱਠੀ ਦੇ ਕੇ ਤਾਂ ਹਾਂ ਮਾਰੀਆਂ ਬਹੁਤ ਤੇ ਮੈਂ ਪੁੱਠੀ ਪਈ ਰੋ ਰਹੀ ਸੀ ਮੈਂ ਦੇਖਿਆ ਮੇਰੇ ਸਿਰ ਤੇ ਕਿਸੇ ਦਾ ਹੱਥ ਫੇਰਨ ਲੱਗ ਗਿਆ ਗੇਟ ਮੈਂ ਬੰਦ ਕਰਨਾ ਪੋੜੇ ਪੂਨਮ ਰਿਲੈਕਸ ਪਲੀਜ਼ ਮੇਰੀ ਗੱਲ ਸੁਣੋ ਡਾਕਟਰ ਬਲਰਾਸੀ ਮੇਰੇ ਅੜਦਲੇ ਵਾਹਾਂ ਨੂੰ ਪਰਦਾ ਮੈਨੂੰ ਨੇੜੇ ਖਿੱਚਣ ਦੀ ਕੋਸ਼ਿਸ਼ ਕਰਦਾ ਹੱਥ ਮੈਂ ਉਹਦਾ ਹੱਥ ਭਗਾ ਕੇ ਪਰਾਂ ਮਾਰਿਆ ਉਹਨੇ ਵੀ ਹੱਥ ਖਿੱਚ ਲਿਆ ਸਨਾਟਾ ਸੀ ਰੋਬਨ ਵੀ ਸਾਹਮਣੇ ਹੋਇਆ ਬੈਠਾ ਖੜਾ ਸੀ ਤੇ ਬਲਰਾਜ ਦੀ ਬੁੱਕੜ ਚ ਬਹਿ ਗਿਆ ਤੇ ਬਲਰਾਜ ਨੇ ਸਫਾਈ ਦੇਣੀ ਸ਼ੁਰੂ ਕੀਤੀ ਪੁਰਮ ਮੈਂ ਸੌਰੀ ਮੈਂ ਤੈਨੂੰ ਸਾਰੀ ਗੱਲ ਦੱਸਣਾ ਚਾਹੁੰਦਾ ਸੀ ਪਰ ਮੇਰਾ ਤੇਰੇ ਸਾਹਮਣੇ ਆਉਣ ਦੀ ਸੱਚਾਈ ਦੱਸਣ ਦੀ ਹਿੰਮਤ ਨਹੀਂ ਸੀ ਪੈ ਰਹੀ ਇਹਨਾਂ ਦਿਨਾਂ ਚ ਉਸ ਫੈਸਲੇ ਵਾਲੇ ਦਿਨ ਮੇਰੀ ਵਾਈਫ ਤੇ ਉਹਦੇ ਤੱਬਰ ਨੇ ਸਵੇਰੇ ਮੇਰੇ ਘਰੇ ਆ ਕੇ ਅਮਰੀਕਾ ਵਾਲੀ ਨੇ ਕੀਤੇ ਹਰ ਗਲਤ ਕੰਮ ਲਈ ਮਾਫੀ ਮੰਗ ਲਈ ਉਹਨੇ ਬੇਟੀ ਦੀ ਲਾਈਫ ਬਾਰੇ ਸੋਚਣ ਦੀ ਗੱਲ ਕੀਤੀ ਉਹ ਵੀ ਰੋਬਨ ਅਰਗੀ ਹੋਈ ਆ ਭੱਲ ਵੀ ਵੀ ਤੇ ਟੱਬਰ ਸਾਰਾ ਬਹਿ ਗਿਆ ਉਹਦੇ ਮਾਪੇ ਮੇਰੇ ਮਾਪੇ ਮੈਂ ਕਰਦਾ ਕੀ ਹੁਣ ਮੈਂ ਕਿਵੇਂ ਠਕਰਾਂਦਾ ਉਹਨੂੰ ਦੱਸ ਨਿਓਕੇ ਉੱਪਰ ਸਿਰ ਨਿਓਕੇ ਘਰੇ ਆ ਗਈ ਮੈਂ ਐਡਜਸਟ ਕਰਤੀ ਰਿਸ਼ਤੇਦਾਰਾਂ ਨੇ ਤੇ ਮੇਰੇ ਪੇਰੈਂਟਸ ਵੀ ਇਹੀ ਚਾਹੁੰਦੇ ਸੀ ਪੂਨਮ ਮੈਨੂੰ ਦੱਸ ਮੈਂ ਹੁਣ ਕੀ ਕਰ ਧੋਖਾ ਨਹੀਂ ਮੈਂ ਤੇਰੇ ਨਾਲ ਕੀਤਾ ਮੈਂ ਉਨਾ ਹੀ ਤੈਨੂੰ ਪਿਆਰ ਕਰਦਾ ਮੈਂ ਚੋਨੇ ਰਿਸ਼ਤੇ ਐਮੀਰ ਹੈ ਜ਼ਿੰਦਗੀ ਪਰ ਫਿਉਨਿਕ ਬੈਗ ਮੇਰੇ ਵੱਲ ਬਧਾਇਆ ਤੇ ਬਿਨਾ ਕੀਤੇ ਕਿਸੇ ਜਵਾਬ ਦੀ ਡੀ ਤੇ ਬੋਲੇ ਆ ਪੂਨਮ ਤੇਰੇ ਜਿੰਨੇ ਪੈਸੇ ਨੇ ਜਿੰਨੇ ਮੈਂ ਤੇਤੋਂ ਲੈ ਕੇ ਗਿਆ ਸਾਰੇ ਨੇ ਸਾਰੇ ਤੇਰੇ ਪੈਸੇ ਵਾਪਸ ਕਰਨਾ ਇੱਕ ਇੱਕ ਰੁਪਇਆ ਜਿੰਨਾ ਵੀ ਤੂੰ ਕੀਤਾ ਕੋਈ ਨਹੀਂ ਕਰ ਸਕਦਾ ਮੈਂ ساری ਜ਼ਿੰਦਗੀ ਤੇ ਰਹਿਸਾਨਮੰਦ ਰਹਾਂ ਸਬਰ ਦਾ ਕਟ ਕੜਪਾਟ ਗਿਆ ਗੱਛ ਪਰ ਬਲਰਾਜ ਮੈਨੂੰ ਇਹ ਨਹੀਂ ਦੁੱਖ ਕੇ ਤੇਰਾ ਤੇਰਾ ਟੱਬਰ ਤੇ ਤੇਰੀ ਧੀ ਵਾਪਸ ਆ ਗਈ। ਮੈਂ ਖੁਸ਼ ਐ। ਮੇਰਾ ਨਹੀਂ ਤਾਂ ਤੇਰਾ ਦਾ ਘਰ ਬਸਿਆ ਭਾਵੇਂ ਕਿਸੇ ਹੋਰ ਨਾਲ ਹੀ ਸਹੀ। ਪਰ ਜਿਹੜੀ ਆ ਤੂੰ ਪੈਸਿਆਂ ਦੀ ਗੱਲ ਕਰਦਾ ਨਾ ਪੈਸਿਆਂ ਦਾ ਹਿਸਾਬ ਤਾਂ ਤੂੰ ਮੇਰੇ ਨਾਲ ਕੀ ਕਰੇਂਗਾ ਬਲਰਾਜ? ਮੇਰੀਆਂ ਭਾਵਨਾਵਾਂ ਮੇਰੇ ਆਰਮਾਨਾਂ ਦਾ ਮੇਰੇ ਸਜਾਏ ਸੁਪਨਿਆਂ ਦਾ ਹਿਸਾਬ ਤਾਂ ਕਿਵੇਂ ਕਰੇਂਗਾ ਤੂੰ ਇਹ ਹਿਸਾਬ ਤਾਂ ਦੇ ਸਕਦਾ ਤੂੰ ਮੈਨੂੰ? ਜਦ ਮੈਂ ਉੱਚੀ ਬੋਲੀ ਰੋਣ ਮੇਰੇ ਭਾਲ ਚੱਕਣ ਲੱਗ ਗਿਆ। ਜੇਰਾ ਪਖਣ ਲੱਗਿਆ ਅੱਖਾਂ ਲਾਲ ਸੁਰਖ ਮੈਂ ਉੱਠ ਕੇ ਅਲਮਾਰੀ ਖੋਲਦਿਆਂ ਚੋਂ ਇੱਕ ਇੱਕ ਚੀਜ਼ ਉਹਦੀ ਕੱਢ ਕੇ ਭਗਾ ਕੇ ਬੈੱਡ ਤੇ ਮਾਰ ਲਈ ਆਹ ਚੱਕ ਤੇਰਾ ਸਮਾਨ ਜਿਹੜਾ ਮੇਰੇ ਕੋਲ ਪਿਆ ਇਹ ਮੈਨੂੰ ਤੰਗ ਕਰੂ ਹਦੈ ਤੇਰੀ ਯਾਦ ਗਾ ਇਹ ਵੀ ਲੈ ਜਾ ਉਹ ਉੱਠ ਕੇ ਮੇਰੇ ਕੋਲ ਆ ਪੁਨਮ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਹੀ ਹੋਣਾ ਕਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਸੇ ਤਰ੍ਹਾਂ ਹੀ ਮੈਂ ਤੇਰੇ ਕੋਲ ਆਇਆ ਕਰੂੰਗਾ ਜਿਵੇਂ ਪਹਿਲਾਂ ਆਉਂਦਾ ਸੀ ਤੂੰ ਇਉਂ ਨਾ ਕਲਪਨਾ ਤਰਲੇ ਖੜੇ ਇਹ ਨਹੀਂ ਹੋ ਸਕਦੀ ਕਦੇ ਇਸ ਤਰ੍ਹਾਂ ਨਹੀਂ ਹੋ ਸਕਦੀ ਮੈਂ ਆਪਣੀ ਖੁਸ਼ੀ ਕਿਸੇ ਦੇ ਹੱਕ ਨਹੀਂ ਖੋਹਦੀ ਮੈਂ ਚਾਹੁੰਦੀ ਆ ਤੂੰ ਆਪਣਾ ਸਾਰਾ ਧਿਆਨ ਆਪਣੀ ਫੈਮਲੀ ਚ ਲੰਮੇ ਤੂੰ ਚੱਕ ਸਮਾਨ ਆਪਣਾ ਅੱਕ ਚੁੱਕੀ ਮੈਂ ਅਧ ਅਧੂਰੇ ਨਾ ਸਿਕਦੇ ਰਿਸ਼ਤਿਆਂ ਦੇ ਆਸਰੇ ਮੈਂ ਨਹੀਂ ਏਸ ਤਰ੍ਹਾਂ ਜੀਉਣਾ ਮੈਂ ਇਉਂ ਤਾਂ ਮੇਰਾ ਦਮ ਘੁੱਟਦਾ ਮੈਂ ਸੱਚਾਈ ਦਾ ਸਾਹਮਣਾ ਕਰਕੇ ਹਿੰਮਤ ਕਰੂੰ ਚਾਹੇ ਮੈਂ ਟੁੱਟ ਗਈ ਇਹ ਅਧ ਅਧੂਰੇ ਜਿਹੜੇ ਨੇ ਇਹ ਰਿਸ਼ਤੇ ਇਹਨਾਂ ਦੀ ਕੋਈ ਜਗ੍ਹਾ ਨਹੀਂ ਹੁੰਦੀ ਜ਼ਿੰਦਗੀ ਚ ਸਾਰਾ ਸਮਾਨ ਬੈਗ ਚ ਪਾ ਕੇ ਬਲਰਾਜ ਦੇ ਹੱਥ ਪੜਾਤਾ ਬੈਗ ਉਹਨੇ ਫੜ ਲਿਆ ਨੀਵੀਂ ਪਾਈ ਪੈਰ ਕੜੀਸ ਦਾ ਗੇਟ ਵੱਲ ਜਾ ਰਿਹਾ ਸੀ ਮੈਂ ਵੀ ਪਿੱਛੇ ਪਿੱਛੇ ਜਾਂਦੀ ਉਹਦੀ ਕਾਰ ਸਟਾਰਟ ਹੋਈ ਮੈਂ ਗੇਅਰ ਥੜਾਕਦਕੇ ਬੰਦ ਕੀਤਾ ਵਾਪਸ ਜਦ ਮੈਂ ਆ ਰਹੀ ਸੀ ਤੈਖ ਹੋਰ ਅਲੱਗ ਕਿਸਮ ਦੀ ਪੂਨਮ ਤੁਰਿਆ ਰਹੀ ਸੀ ਜਿਹੜੀ ਸਬੈ ਮਾਰ ਨਾਲ ਤੇ ਚੜਦੀ ਕਲਾ ਦੇ ਵਿੱਚ ਸੀ ਅਧ ਅਧੂਰੇ ਕਹਾਣੀ ਪਵਿੱਤਰ ਕੌਰ ਮਾਟੀ